ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ। ਮੈਂ ਹਾਂ ਰਣਜੀਤ ਕੌਰ। ਸਭ ਤੋਂ ਪਹਿਲਾਂ ਮੇਰੇ ਵੱਲੋਂ ਅਤੇ ਗੱਲ ਪੰਜਾਬ ਦੀ ਟੀਵੀ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਹੁਣ ਇੱਕ ਨਜ਼ਰ ਹੈੱਡਲਾਈਨਸ 'ਤੇ। ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸੁਖਬੀਰ ਬਾਦਲ, ਸਭ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਵਧਾਈਆਂ। ਅੰਮ੍ਰਿਤਸਰ ਪੁਲਿਸ ਨੇ ਬੀਤੇ ਦਿਨੀ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਇਆ। ਕਤਲ ਦੀ ਵਾਰਦਾਤ ਵਿੱਚ ਸ਼ਾਮਿਲ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ। ਕਪੂਰਥਲਾ ਦੇ ਪਿੰਡ ਖਖਰੇਨ ਵਿੱਚ ਦੁਬਾਰਾ ਪੰਚਾਇਤੀ ਚੋਣਾਂ ਕਰਵਾਉਣ ਦੀ ਕੀਤੀ ਗਈ ਮੰਗ। ਪੰਚਾਇਤੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਬਠਿੰਡਾ ਵਿੱਚ ਹੋਇਆ ਵਿਵਾਦ। ਅਕਾਲੀ ਸਮਰਥਕਾਂ ਦਾ ਕਹਿਣਾ, ਜਿੱਤਣ ਦੇ ਬਾਵਜੂਦ ਵੀ ਨਹੀਂ ਜਾਰੀ ਕੀਤਾ ਗਿਆ ਜਿੱਤ ਦਾ ਸਰਟੀਫਿਕੇਟ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ। ਹਰਿਆਣਾ ਦੇ ਫਤਿਹਾਬਾਦ ਪਹੁੰਚੇ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਵੀਨ ਜੈਹਿੰਦ, ਬੀਜੇਪੀ ਪਾਰਟੀ ਤੇ ਸਾਧੇ ਨਿਸ਼ਾਨੇ। ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਪੰਜਾਬ ਵਿੱਚ ਰਿਲੀਜ਼ ਕਰਨ ਨੂੰ ਲੈ ਕੇ ਵਿਵਾਦ। ਧਰਮਸੋਤ ਨੇ ਕਿਹਾ, ਭਾਜਪਾ ਫਿਲਮ ਰਾਹੀਂ ਕਾਂਗਰਸ ਨੂੰ ਢਾਹ ਲਗਾਉਣ ਦੀ ਕਰ ਰਹੀ ਹੈ ਕੋਸ਼ਿਸ਼। ਨਕੋਦਰ ਦੇ ਲੋਕ ਸੀਵਰੇਜ ਦੇ ਪਾਣੀ ਦੀ ਸਮੱਸਿਆ ਤੋਂ ਹਨ ਪਰੇਸ਼ਾਨ। ਲੋਕਾਂ ਦਾ ਕਹਿਣਾ, ਕਈ ਵਾਰ ਕੀਤੀ ਸ਼ਿਕਾਇਤ ਪਰ ਨਹੀਂ ਹੋਇਆ ਕੋਈ ਹੱਲ। ਜਲੰਧਰ ਵਿੱਚ ਨਵੇਂ ਸਾਲ ਦੀ ਆਮਦ ਤੇ ਹੋ ਸਕਦਾ ਸੀ ਵੱਡਾ ਹਾਦਸਾ। ਚਲਦੀ ਕਾਰ ਵਿੱਚ ਲੱਗੀ ਅੱਗ, ਚਾਲਕ ਨੇ ਮੁਸ਼ਕਿਲ ਨਾਲ ਬਚਾਈ ਆਪਣੀ ਜਾਨ। ਸੋਲਨ ਵਿੱਚ ਹੋਣ ਵਾਲੇ HPL ਦੇ ਫਾਈਨਲ ਮੈਚ ਵਿੱਚ ਆਉਣਗੇ CM, ਖੇਲ ਮੰਤਰੀ ਅਤੇ ਦ ਗ੍ਰੇਟ ਖਲੀ। ਸੋਲਨ ਵਿੱਚ ਜ਼ੋਨ 1 ਦੇ ਕ੍ਰਿਕਟ ਲੀਗ ਮੁਕਾਬਲੇ 4 ਜਨਵਰੀ ਤੋਂ ਸ਼ੁਰੂ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪੂਰੇ ਦੇਸ਼ ਵਿੱਚ ਲੋਕ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਖੁਸ਼ੀਆਂ ਮਨਾ ਰਹੇ ਨੇ। ਉੱਥੇ ਹੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ। ਅਤੇ ਨਤਮਸਤਕ ਹੋਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਪਾਰਟੀ 'ਤੇ ਜੰਮ ਕੇ ਨਿਸ਼ਾਨੇ ਸਾਧੇ ਗਏ। ਉਹਨਾਂ ਪਹਿਲਾਂ ਪੰਜਾਬ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਉੱਥੇ ਹੀ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਤੋਂ ਬਾਅਦ ਬੀਬੀ ਜਗਦੀਸ਼ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਜਿੰਨੇ ਵੀ 1984 ਦੇ ਮੁੱਖ ਦੋਸ਼ੀ ਨੇ ਉਹ ਸਾਰੇ ਹੀ ਜੇਲ੍ਹ ਦੇ ਪਿੱਛੇ ਹੋਣੇ ਚਾਹੀਦੇ ਨੇ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਦੇ ਸਾਂਸਦ ਸਰਦਾਰ ਗੁਰਜੀਤ ਸਿੰਘ ਔਜਲਾ ਵੀ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਉਹਨਾਂ ਕਿਹਾ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ। ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਏ ਨੇ, ਤਾਂ ਜੋ ਉਹਨਾਂ ਦਾ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਅਤੇ ਪੰਜਾਬ ਦੇ ਲੋਕਾਂ ਲਈ ਅਮਨ ਸ਼ਾਂਤੀ ਲੈ ਕੇ ਆਵੇ। ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ, ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰਿਆਂ ਨੂੰ ਅੱਜ 2019 ਹੈ, ਖੁਸ਼ੀਆਂ ਭਰਿਆ ਸਾਲ ਹੋਵੇ। ਸਰ, ਇੱਕ ਸੁਖਬੀਰ ਜੀ, ਤੁਸੀਂ ਬੀਬੀ ਜਗਦੀਸ਼ ਕੌਰ ਦੇ ਘਰ ਗਏ ਸੀ, ਉਹਨਾਂ ਨੂੰ ਸਨਮਾਨ ਕੀਤਾ ਜੀ, ਸੱਜਣ ਕੁਮਾਰ। ਮੈਂ ਕਿਹਨੂੰ ਦੱਸਾਂ, ਨਵੇਂ ਸਾਲ 'ਚ ਵੱਡੀ ਖੁਸ਼ੀ ਸਿੱਖ ਕੌਮ ਨੂੰ ਮਿਲੀ ਹੈ ਕਿ ਜਿਹੜਾ ਸਿੱਖ ਕੌਮ ਦਾ ਦੋਸ਼ੀ ਕਾਂਗਰਸੀ ਲੀਡਰ ਸੱਜਣ ਕੁਮਾਰ ਅੱਜ ਜੇਲ੍ਹ ਵਿੱਚ ਹੈ। 34 ਸਾਲ ਬਾਅਦ ਕੌਮ ਨੂੰ ਇਨਸਾਫ ਮਿਲਿਆ। ਪਰਮਾਤਮਾ ਦੀ ਇੰਨੀ ਮਿਹਰ ਹੋਈ ਹੈ, ਨਵੇਂ ਸਾਲ ਦਾ ਪਰਮਾਤਮਾ ਨੇ ਬਹੁਤ ਵੱਡਾ ਤੋਹਫਾ ਕੌਮ ਨੂੰ ਦਿੱਤਾ। ਸਰ, ਤੁਸੀਂ ਸੋਨੀਆ ਗਾਂਧੀ ਡਿਮਾਂਡ ਕੀਤੀ ਹੈ ਜੀ ਕਿ ਉਹਨਾਂ ਨੂੰ ਵੀ ਪਰਿਵਾਰ ਨੂੰ, ਕਿਉਂਕਿ ਅਸਲੀ ਦੋਸ਼ੀ, ਮੈਂ ਜੇ ਤੁਸੀਂ ਜਾਓ, ਅਸਲੀ ਦੋਸ਼ੀ ਤਾਂ ਗਾਂਧੀ ਪਰਿਵਾਰ ਹੈ ਜਿਨ੍ਹਾਂ 'ਤੇ ਹੁਕਮ 'ਤੇ ਹੋਇਆ। ਸੱਜਣ ਕੁਮਾਰ ਟਾਈਟਲਰ ਅਤੇ HKL ਭਗਤ ਸਾਰੇ ਉਹ ਤਾਂ ਅੱਗੇ ਕਰਨ ਵਾਲੇ ਹੈ, ਪਰ ਜਿਨ੍ਹਾਂ ਨੇ ਹੁਕਮ ਹੋਇਆ ਉਦੋਂ ਰਾਜੀਵ ਗਾਂਧੀ ਦਾ ਹੋਇਆ ਸੀ ਹੁਕਮ। ਅੱਜ ਤੁਸੀਂ ਬੀਬੀ ਜਗਦੀਸ਼ ਕੌਰ ਜੀ ਨੇ ਗੱਲ ਕਹੀ ਹੈ ਕਿ ਕਰਨ ਵਾਲਾ ਤਾਂ ਰਾਜੀਵ ਗਾਂਧੀ ਸੀ। ਸੋ ਜੇ ਰਾਜੀਵ ਗਾਂਧੀ ਕਰਨ ਵਾਲਾ ਸੀ ਤਾਂ ਫਿਰ ਕੇਸ ਤਾਂ ਉਹਨਾਂ ਦੇ ਵੀ ਹੋਣਾ ਚਾਹੀਦਾ। ਆਈ ਥਿੰਕ ਲੀਗਲ ਆਪਸ਼ਨ ਦੇਖ ਰਹੇ ਹਾਂ। ਅੱਜ ਨਵਾਂ ਸਾਲ ਜਿਹੜਾ 2019 ਚੜ੍ਹਿਆ ਹੈ, ਉਹਦੇ ਵਾਸਤੇ ਅਰਦਾਸ ਬੇਨਤੀਆਂ ਕਰਨਾ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਕਿ ਸਾਰਿਆਂ ਵਾਸਤੇ ਸੁੱਖਾਂ ਭਰਿਆ ਹੋਵੇ, ਹਰ ਇੱਕ ਦੇ ਪਰਿਵਾਰਾਂ ਦੇ ਵਿੱਚ, ਵਪਾਰ ਦੇ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰੇ। ਔਰ ਜਿਸ ਤਰੀਕੇ ਦੇ ਨਾਲ 2018 ਕਿਤੇ ਕਈ ਦੁੱਖ ਸੁੱਖ ਦੇ ਵਿੱਚ ਪਰਮਾਤਮਾ ਨੇ ਸਾਈ ਹੋ ਕੇ ਉਹਦੇ 'ਚ ਸਾਥ ਦਿੱਤਾ ਆ, 2019 'ਚ ਵੀ ਸਾਰੀ ਜਿੰਨੇ ਵੀ ਸਮੁੱਚੇ ਪੰਜਾਬ, ਹਿੰਦੁਸਤਾਨ ਔਰ ਬਾਹਰ ਵਸਦੇ ਹਿੰਦੁਸਤਾਨ ਭੈਣ ਭਰਾ ਸਾਡੇ ਵਸਦੇ ਨੇ, ਉਹਨਾਂ ਸਾਰਿਆਂ ਦੇ ਵਾਸਤੇ ਸੁੱਖਾਂ ਦੀ ਅਰਦਾਸ ਕਰਨ ਆਏ ਹਾਂ। ਪਿਛਲੇ ਦਿਨੀਂ ਕੋਟ ਖਾਲਸਾ ਵਿੱਚ ਬਲਵਿੰਦਰ ਬਿੱਲਾ ਨਾਮ ਦੇ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਦੋਨਾਂ ਨੌਜਵਾਨਾਂ ਦਾ ਨਾਮ ਨਿਤਿਨ ਅਤੇ ਅੰਮ੍ਰਿਤਪਾਲ ਹੈ। ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ 2 ਹੋਰ ਨੌਜਵਾਨਾਂ ਨੂੰ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ।
पुलिस मुताबिक इस मामले का मुख्य दोषी अजय फरार है, जिसनों गिरफ्तार करना बाकी है। फड़े गए दो नौजवानों तो पुलिस ने एक पिस्तौल और मोटरसाइकिल भी बरामद किया। जड़े पुलिस ने जड़े अपने स्पैशल सैल वगैरह ला के रखे सके, CIA यूनिट ने यह जड़ा है मुकदमा जड़ा ट्रेस किया। ADCP हरजीत सिंह ते ACP जड़ा पलविंदर है, इन्हों की सारी जी टीम सी उत्थे असी अलग अलग अपने जड़े ह्यूमन रिसोर्सिज राही जे साडे सोर्स सीगे असी वो एक्टिवेट किए। उन्होंने जरिए जड़ा है असी इस मुकदमे की तह तक पहुँचे, फिर असी आइडेंटिफाई किया भी इस मुकदमे के व्यक्ति शामिल है। पंजाब प्रदेश की कांग्रेस सरकार वालों प्रदेश में करवाईया पंचायती चोणों की नामजदगी चोणों की गिणती लैके प्रशासनिक तंत्र इलैक्शन कमीशन के अधिकारियों की मिली भगत धक्केशाही कर खबर तुम TV चैनल पर देखिया सुनिया हो। अजिही एक खबर जिला कपूरथला के पिंड खखरेन तो सामने आई है, जिथे अकाली उम्मीदवार उसके समर्थकों ने पंचायती चोणों की गिणती गलत तरीके कर उम्मीदवार को जिताने के दोष प्रिजाइडिंग अफसर पुलिस से लगाते हुए पंचायती चोणा दोबारा करवाने संबंधी मंग पत्र जिला कपूरथला के रिटर्निंग अधिकारी कम सहायक डिप्टी कमिश्नर को दिता और पिंड खखरेन में दोबारा चोणा की मंग करते हुए पुलिस से कानूनी कार्रवाई की मंग की। जदों इस बारे में कपूरथला रिटर्निंग अधिकारी गल की गई तो उन्होंने कहा कि चोण प्रक्रिया पूरी हो चुकी है और चुनावी नतीजे दसे जा चुके ने, हुण कुछ नहीं हो सकता, हुण इस विच इलैक्शन पटीशन दायर करन दा एक ऑप्शन बचिया है, उन्हां दे फैसले तो बाद ही कोई होर फैसला लिया जा सकता है। ब्लाक ढिलों दे पिंड खखरेन विच जिहड़ी ग्राम पंचायत दी आम चोणां संबंध विच जो कल वोटां पईआं उस तों बाद उहदी गिणती होई है, गिणती तों बाद रिजल्ट उत्थे पिंड दे पुलिस स्टेशन ते कढ़न तों बाद जिहड़ा उत्थे कंपाइल करके अटर्निंग अफसर को दिता गया, वो संबंध में कुछ लोग अज इतने शिकायत लेके आए थे, उन्होंने दस दिता गया कि क्योंकि हुण सारा रिजल्ट भी डिक्लेयर हो चुका है, इलैक्शन का काम भी हो चुका है और जिहड़े जिहड़े रिजल्ट है वो भी सरकार को सूचित किए जा चुके। मेरा नाम जहेदार कश्मीर सिंह जी, मैं नाल पोलिंग एजेंट ही, मैं गिनती दे विच शामिल सी जी। अच्छा जी। ते जदों गिनती होई है साडियां जिहड़ियां घट तों घट 30 वोटां जिहड़ियां कढ दित्तियां जी, नगैर लकीर दे जिहड़ी साडे वाले बन्ने मोहर लगी सी उहनूं रिजेक्ट कर दित्ता, उहनां दीआं जिहड़ियां वोटां जो 6 असीं कढ़ियां उह हार गए जी, ते हरे नूं उहनां ने जिता के फिर रिजल्ट दे के धक्के नाल अद्धे डब्बे चुके पहलां लै गए अद्धे बाद च रह गए, मुड़ के असीं रौला पाया रोकिया उहनां नूं, असीं ADC नूं बेनती कीती ਅਤੇ SDM ਸਾਹਿਬ ਨੂੰ ਫੋਨ ਕਰਾਏ ਜੀ, ਅਤੇ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ, ਉਹਨਾਂ ਕਿਹਾ ਅਸੀਂ ਕੋਈ ਸਰਪੰਚ ਬਣਾ ਕੇ ਨਹੀਂ ਚੱਲੇ, ਕਿਸੇ ਦਾ ਰਿਜ਼ਲਟ ਨਹੀਂ ਕੱਢ ਕੇ ਚੱਲੇ, ਕੋਈ ਡਿਕਲੇਅਰ ਨਹੀਂ ਕਰਕੇ ਚੱਲੇ। ਫੇਵਰ ਜਿਹੜੀ ਹੈਗੀ ਆ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਕੀਤੀ ਆ ਔਰ ਉਹਨਾਂ ਨੇ ਇਹਨਾਂ ਦੀਆਂ ਜਿਹੜੇ ਘੱਟੋ ਘੱਟ ਲਗਭਗ ਵੈਸੇ 17 ਵੋਟਾਂ 'ਤੇ ਜਿੱਤ ਲਿਆ ਸੀ, ਉਹਨਾਂ ਦੀਆਂ 2-3 ਵਾਰੀ ਰੀਕਾਊਂਟਿੰਗ ਕਰਕੇ 7 ਵੋਟਾਂ 'ਤੇ ਲਿਆਏ, 7 ਵੋਟਾਂ 'ਤੇ ਤੋਂ ਬਾਅਦ ਵੀ ਜਦੋਂ ਉਹਨਾਂ ਦੀ ਤਸੱਲੀ ਨਹੀਂ ਹੋਈ ਫਿਰ ਉਹਨਾਂ ਨੇ ਇਹਨਾਂ ਦੀਆਂ ਲਗਭਗ 3 ਵੋਟਾਂ ਐਸੀਆਂ ਕੈਂਸਲ ਕਰ ਦਿੱਤੀਆਂ ਜਿਹੜੀਆਂ ਕਿ ਨਹੀਂ ਹੋਣ ਵਾਲੀਆਂ ਸੀਗੀਆਂ। ਔਰ ਜਦੋਂ ਇਲੈਕਸ਼ਨ ਦੀ ਆਪਣੀ ਵੋਟਾਂ ਦੀ ਗਿਣਤੀ ਸੀ ਉਸ ਦੌਰਾਨ ਚੁਣਾਵ ਅਧਿਕਾਰੀ ਗਿਆ ਪੁਲਿਸ ਵੱਲੋਂ ਧੱਟਾ ਕੀਤਾ ਗਿਆ, ਗਲਤ ਤਰੀਕੇ ਨਾਲ ਜਿਹੜੀ ਗਿਣਤੀ ਕੀਤੀ ਗਈ ਆ, ਅਕਾਲੀ ਕੈਂਡੀਡੇਟ ਨੂੰ ਜਿੱਤਦੇ ਨੂੰ ਹਰਾਇਆ ਗਿਆ, ਕੀ ਕਹਿਣਾ ਚਾਹੁੰਦੇ ਹੋ? ਅੱਜ ਉਹਨਾਂ ਨੇ ਪ੍ਰਮਾਣ ਪੱਤਰ ਵੀ ਦਿੱਤਾ ਜਾਂਚ ਦੇ ਲਈ, ਕੀ ਕਹਿਣਾ ਚਾਹੁੰਦੇ? ਬਲਾਕ ਢਿਲੋਂ ਦੇ ਪਿੰਡ ਖਖਰੇਨ ਵਿੱਚ ਜਿਹੜੀ ਗ੍ਰਾਮ ਪੰਚਾਇਤ ਦੀ ਆਮ ਚੋਣਾਂ ਸੰਬੰਧ ਵਿੱਚ ਜੋ ਕੱਲ੍ਹ ਵੋਟਾਂ ਪਈਆਂ ਉਸ ਤੋਂ ਬਾਅਦ ਉਹਦੀ ਗਿਣਤੀ ਹੋਈ ਹੈ, ਗਿਣਤੀ ਤੋਂ ਬਾਅਦ ਰਿਜ਼ਲਟ ਉੱਥੇ ਪਿੰਡ ਦੇ ਪੁਲਿਸ ਸਟੇਸ਼ਨ 'ਤੇ ਕੱਢਣ ਤੋਂ ਬਾਅਦ ਜਿਹੜਾ ਉੱਥੇ ਕੰਪਾਇਲ ਕਰਕੇ ਅਟਰਨਿੰਗ ਅਫਸਰ ਨੂੰ ਦਿੱਤਾ ਗਿਆ, ਉਹਦੇ ਸੰਬੰਧ ਵਿੱਚ ਕੁਝ ਲੋਕ ਅੱਜ ਇੱਥੇ ਸ਼ਿਕਾਇਤ ਲੈ ਕੇ ਆਏ ਸੀਗੇ, ਉਹਨਾਂ ਨੂੰ ਦੱਸ ਦਿੱਤਾ ਗਿਆ ਕਿ ਕਿਉਂਕਿ ਹੁਣ ਸਾਰਾ ਰਿਜ਼ਲਟ ਵੀ ਡਿਕਲੇਅਰ ਹੋ ਚੁੱਕਾ ਹੈ, ਇਲੈਕਸ਼ਨ ਦਾ ਕੰਮ ਵੀ ਓਵਰ ਹੋ ਚੁੱਕਾ ਹੈ ਔਰ ਜਿਹੜੇ ਰਿਜ਼ਲਟ ਹੈ ਉਹ ਵੀ ਸਰਕਾਰ ਨੂੰ ਸੂਚਿਤ ਕੀਤੇ ਜਾ ਚੁੱਕੇ। ਸੋ ਇਸ ਵੇਲੇ ਸਿਰਫ ਜਿਹੜੀ ਇਲੈਕਸ਼ਨ ਪਟੀਸ਼ਨ ਹੈ ਉਹ ਹੀ ਇਸ ਮਾਮਲੇ ਦੇ ਵਿੱਚ ਦਾਇਰ ਕੀਤੀ ਜਾ ਸਕਦੀ ਹੈ, ਤਾਂ ਜੋ ਉਹਦੇ ਵਿੱਚ ਇਲੈਕਸ਼ਨ ਪਟੀਸ਼ਨ ਦਾ ਜਿਹੜਾ ਜ਼ਰੀਆ ਅਖਤਿਆਰ ਕਰਕੇ ਅਤੇ ਉਹਦੇ ਜੇ ਉਹ ਕੁਝ ਆਪਣਾ ਗੱਲ ਰੱਖਣੀ ਚਾਹੁੰਦੇ ਨੇ ਉਹ ਰੱਖ ਸਕਦੇ ਨੇ। ਬੇਸ਼ੱਕ ਪੰਚਾਇਤੀ ਚੋਣਾਂ ਦੇ ਨਤੀਜੇ ਆ ਗਏ ਨੇ ਪਰ ਕੁਝ ਥਾਵਾਂ 'ਤੇ ਇਹਨਾਂ ਨਤੀਜਿਆਂ ਨੂੰ ਲੈ ਕੇ ਵਿਵਾਦ ਵੀ ਹੋਏ ਨੇ, ਜਿਸ ਦੇ ਚੱਲਦੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੁੱਚੋ ਕਲਾਂ ਅਤੇ ਪਿੰਡ ਤੁੰਗਵਾਲੀ ਦੇ ਲੋਕਾਂ ਨੇ ਧਰਨਾ ਲਗਾਇਆ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਲੋਕਾਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਜ਼ਬਰਦਸਤੀ ਹਰਾ ਦਿੱਤਾ, ਹਾਲਾਂਕਿ ਉਹਨਾਂ ਦੀਆਂ ਵੋਟਾਂ ਜ਼ਿਆਦਾ ਸੀ ਪਰ ਫਿਰ ਵੀ ਉਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ।
ਇਹ ਮਾਮਲਾ ਬਠਿੰਡਾ ਦੇ ਦੋ ਵੱਖ ਵੱਖ ਪਿੰਡਾਂ ਦਾ ਅਤੇ ਇਸ ਵਿੱਚ ਜ਼ਿਆਦਾਤਰ ਲੋਕ ਅਕਾਲੀ ਦਲ ਪਾਰਟੀ ਦੇ ਸਮਰਥਕ ਨੇ। ਗੱਲ ਹੋਈ ਆ ਜੀ, ਵੋਟਾਂ ਅਮਨ ਸ਼ਾਂਤੀ ਨਾਲ ਬਹੁਤ ਵਧੀਆ ਪਈਆਂ ਸਾਰੀ ਸਾਰਾ ਦਿਨ, ਠੀਕ ਹੈ ਜੀ, ਕੋਈ ਲੜਾਈ ਝਗੜਾ ਨਹੀਂ, ਕੋਈ ਕੁਛ ਨਹੀਂ, ਠੀਕ ਹੈ। ਆਪਣਾ ਇਹਨਾਂ ਨੇ ਜਦੋਂ ਆਪਣਾ ਗਿਣਤੀ ਸ਼ੁਰੂ ਹੋਈ ਆ, ਕਾਊਂਟ ਸ਼ੁਰੂ ਹੋਈ ਆ, ਇਹਨਾਂ ਨੇ ਆਪਣਾ ਸਹੀ ਗਿਣਤੀ ਨਹੀਂ ਕੀਤੀ ਗਈ, ਠੀਕ ਹੈ। ਅਤੇ ਮੁੜ ਕੇ ਆਪਣਾ ਕਹਿੰਦੇ ਵੀ ਤੁਹਾਨੂੰ ਆਪਣਾ ਉੱਥੇ ਕੰਮ ਨੁਬੜਿਆ ਸਕੂਲ 'ਚ, 9 ਨੰਬਰ ਵਾਰਡ 'ਚ 229 ਵੋਟਾਂ 'ਤੇ ਮੈਂ ਮੂਹਰੇ ਸੀ, ਆਹ ਐਲਾਨ ਹੋਇਆ ਜੀ ਉੱਥੇ। ਹਾਂਜੀ, ਧੱਕਾ ਕਾਂਗਰਸ ਸਰਕਾਰ ਨੇ, ਫਾਇਰਿੰਗ ਹੋਈ ਉੱਥੇ, ਕੁਛ ਮਾੜਾ ਮੋਟਾ ਝਗੜਾ ਹੋਇਆ ਕੋਈ, ਤਾਂ ਪੁਲਿਸ ਨੇ 4 ਫਾਇਰਿੰਗ ਹਵਾਈ ਫਾਇਰਿੰਗ ਕੱਢੇ। ਸਰਪੰਚੀ ਦੀ ਚੋਣ ਲਈ ਖੜ੍ਹੇ ਹੋਏ ਸੀਗੇ, ਉਮੀਦਵਾਰ ਨੂੰ ਬਾਹਰ ਕੱਢਿਆ ਗਿਆ, ਪੋਲਿੰਗ ਏਜੰਟ ਨੂੰ ਬਾਹਰ ਕੱਢਿਆ ਗਿਆ, ਇਸ ਲਈ ਜੀ ਅਸੀਂ ਇਹੀ ਸੁਣਵਾਈ, ਸਾਡੀ ਕੋਈ ਸੁਣਵਾਈ ਨਹੀਂ ਹੋਈ, ਧੱਕੇ ਸ਼ਾਹ ਧੱਕੇ ਸਾਹੀ ਸਾਡਾ ਸ਼ਰੇਆਮ। ਜਿਹੜੀ ਹੁਣ ਮੌਜੂਦਾ ਸਰਕਾਰ ਆ ਜਿਹਨਾਂ ਦੀ, ਉਹਨਾਂ ਦੇ ਉਮੀਦਵਾਰ ਸੀ, ਜਦੋਂ ਮੈਂ ਪੋਲਿੰਗ ਏਜੰਟ ਸੀਗਾ ਜੀ 5 ਨੰਬਰ ਬੂਥ ਦਾ, ਉੱਥੇ 5-6 ਦਾ ਬੂਥ ਦਾ ਮੈਂ ਉੱਥੇ ਪੋਲਿੰਗ ਏਜੰਟ ਸੀ, ਸਾਨੂੰ ਉਹਨਾਂ ਨੇ ਬਾਹਰ ਕੱਢਤਾ। ਜਦੋਂ ਉਹਨਾਂ ਨੇ ਕਿਹਾ ਵੀ, ਮੈਂ ਕਿਹਾ ਜੀ ਇਹ ਤਾਂ ਸਰਪੰਚੀ ਚੋਣ ਜਦੋਂ ਵੋਟਾਂ ਗਿਣਨੀਆਂ, ਉਹ ਕਹਿੰਦੇ ਜੀ ਪਹਿਲਾਂ ਇੱਕ ਵਾਰੀ ਇੱਥੇ ਹੋਊਗੀ, ਫਿਰ 1 ਨੰਬਰ ਬਾਹਰ 'ਚ ਹੋਊਗੀ, 1 ਨੰਬਰ ਬੂਥ 'ਚ ਹੋਊਗੀ। ਮੈਂ ਕਿਹਾ ਜੀ ਇਹਦਾ ਰੀਜ਼ਨ, ਉਹਨਾਂ ਦੇ ਬੰਦੇ ਦੋ ਸੀ। ਮਾਨਾਂ ਦੇ ਮਾਨ ਗੁਰਦਾਸ ਮਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੂਚਨਾ ਕੇਂਦਰ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਦਾਸ ਮਾਨ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਵੀ ਦਿੱਤੀ। ਸ਼੍ਰੀ ਹਰਿਮੰਦਰ ਸਾਹਿਬ ਨੂੰ ਔਰ ਇਸ ਜਗ੍ਹਾ ਦੇ ਜਿੰਨੇ ਵੀ ਪਾਕ ਪਵਿੱਤਰ ਪੂਜਣਯੋਗ ਸਥਾਨ ਨੇ, ਉਹਨਾਂ ਸਭ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਰੂ ਮਹਾਰਾਜ ਜੀ ਦਾ, ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹੀ ਦਾ 550 ਸਾਲ ਦਾ ਉਤਸਵ ਮਨਾਇਆ ਜਾ ਰਿਹਾ ਆਉਣ ਵਾਲੇ ਦਿਨਾਂ ਵਿੱਚ। ਮੇਰਾ ਖਿਆਲ ਹੈ ਸਮੂਹ ਸੰਗਤ ਨੂੰ, ਜਿੱਥੇ ਜਿੱਥੇ ਵੀ ਬੈਠੇ ਹੈ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ। ਨਵਾਂ ਵਰ੍ਹਾ ਸ਼ੁਰੂ ਹੋਣ ਲੱਗਿਆ, ਗੁਰੂ ਮਹਾਰਾਜ ਆਪਣੀ ਕਿਰਪਾਲਤਾ ਦਿਆਲਤਾ ਪ੍ਰਸੰਨਤਾ ਬਖਸ਼ਦੇ ਹੋਏ ਸਭ ਨੂੰ ਨਿਹਾਲ ਕਰੇ, ਚੜ੍ਹਦੀ ਕਲਾ ਵਿੱਚ ਰੱਖੇ, ਬਸ ਇਹੀ ਮੇਰਾ ਪਿਆਰ ਔਰ ਸਤਿਕਾਰ ਹੈ, ਮਨਜ਼ੂਰ। ਹਰਿਆਣਾ ਦੇ ਫਤਿਹਾਬਾਦ ਪਹੁੰਚੇ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਵੀਨ ਜੈਹਿੰਦ ਨੇ ਬੀਜੇਪੀ ਨੂੰ ਫੇਕ ਨਿਊਜ਼ ਦੀ ਮਾਸਟਰ ਮਾਈਂਡ ਪਾਰਟੀ ਕਿਹਾ ਹੈ ਅਤੇ ਕਿਹਾ ਹੈ ਕਿ ਬੀਜੇਪੀ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਡਰ ਚੁੱਕੀ ਹੈ, ਇਸ ਲਈ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਦੀਆਂ ਗ੍ਰਿਫਤਾਰੀਆਂ ਕਰਵਾ ਰਹੀ ਹੈ। ਇਸ ਦੇ ਨਾਲ ਹੀ ਨਵੀਨ ਜੈਹਿੰਦ ਨੇ ਕਿਹਾ ਕਿ ਬੀਜੇਪੀ ਸਰਕਾਰ ਨੂੰ ਲੋਕਤੰਤਰ ਨਾਲ ਨਹੀਂ ਬਲਕਿ ਲੱਠਤੰਤਰ ਨਾਲ ਚਲਾਉਣਾ ਚਾਹੁੰਦੀ ਹੈ। ਨਵੀਨ ਜੈਹਿੰਦ ਨੇ ਕਿਹਾ ਕਿ ਆਪ ਪਾਰਟੀ ਦੇ ਕਾਰਜਕਰਤਾਵਾਂ ਦੀਆਂ ਹੋ ਰਹੀਆਂ ਗ੍ਰਿਫਤਾਰੀਆਂ ਦੇ ਵਿਰੋਧ ਵਿੱਚ ਪ੍ਰਦੇਸ਼ ਪੱਧਰ 'ਤੇ ਆਪ ਪਾਰਟੀ ਦੇ ਕਾਰਜਕਰਤਾ ਸੜਕਾਂ 'ਤੇ ਉਤਰਨਗੇ ਅਤੇ ਗ੍ਰਿਫਤਾਰੀ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੀ ਸ਼ਰਨ ਲੈਣਗੇ। ਇਸ ਤਰ੍ਹਾਂ ਸੇ ਹਮਾਰੇ ਉੱਪਰ ਕਾਰਵਾਈ ਕਰ ਰਹੇ ਹੈ, ਲੇਕਿਨ ਹਮ ਇਸ ਮੇਂ ਡਰਨੇ ਵਾਲੇ ਹੈ ਨਹੀਂ। ਜਿਤਨੀ ਗ੍ਰਿਫਤਾਰੀ ਕਰਨੀ ਹੈ ਕਰ ਲੇ, ਜਿਤਨੇ ਫਾਂਸੀ ਤੋੜਨੇ ਹੈ ਤੋੜ ਦੇ, ਕੋਈ ਫਰਕ ਨਹੀਂ ਪੜਤਾ ਹੈ। ਲੇਕਿਨ ਇੱਕ ਆਮ ਆਦਮੀ, ਹਮ ਤੋ ਰਾਜਨੀਤਿਕ ਪਾਰਟੀ ਹੈ, ਲੇਕਿਨ ਇੱਕ ਆਮ ਆਦਮੀ ਵੀ ਆਪਣੀ ਆਪਣੀ ਬਾਤ ਰੱਖਤਾ ਹੈ, ਸੋਸ਼ਲ ਮੀਡੀਆ ਪਰ, ਸੋਸ਼ਲ ਪਲੇਟਫਾਰਮ ਹੈ, ਤੋ ਇਹ ਸਭ ਕੇ ਲੀ ਖਤਰਾ ਹੈ, ਇਹ ਲੋਕਤੰਤਰ ਕੇ ਲੀ ਖਤਰਾ ਹੈ। ਇਹ ਸਰਕਾਰ ਲੋਕਤੰਤਰ ਸੇ ਨਹੀਂ ਲੱਠਤੰਤਰ ਸੇ ਇਹ ਸਰਕਾਰ ਕੋ ਚਲਾਉਣਾ ਚਾਹਤੇ ਹੈ। ਤੋ ਇਹ ਮੁਝੇ ਲਗਤਾ ਹੈ ਕਿ ਸਰਕਾਰ ਕਾ ਜਾਣੇ ਕਾ ਟਾਈਮ ਹੈ, ਸ਼ਾਇਦ ਹੋ ਸਕਤਾ ਹੈ ਕਿ ਉਹ ਹਾਰ ਦੇਖ ਕੇ ਡਰ ਕੇ ਉਹਨੂੰ ਲਗਤਾ ਹੈ ਇਹ ਚੀਜ਼ਾਂ ਇਸ ਤਰ੍ਹਾਂ ਕੀ। ਪੰਜਾਬ 'ਚ ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਰਿਲੀਜ਼ ਹੋਣੀ ਮੁਸ਼ਕਿਲ ਲੱਗ ਰਹੀ ਹੈ। ਕੈਪਟਨ ਸਰਕਾਰ ਵਿੱਚ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਵਿੱਚ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਸਾਧੂ ਸਿੰਘ ਧਰਮਸੋਤ ਨੇ ਇਸ ਫਿਲਮ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ। ਉਹਨਾਂ ਦੋਸ਼ ਲਗਾਇਆ ਕਿ ਭਾਜਪਾ ਅੰਦਰ ਖਾਤੇ ਮਿਲੀ ਭਗਤ ਕਰਕੇ ਇਸ ਫਿਲਮ ਨੂੰ ਜਾਣ ਬੁੱਝ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਿਲੀਜ਼ ਕਰਵਾਉਣਾ ਚਾਹੁੰਦੀ ਹੈ ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਢਾਲ ਲਗਾਈ ਜਾ ਸਕੇ। ਪਰ ਭਾਜਪਾ ਆਪਣੇ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਜਲੰਧਰ ਦੇ ਨਕੋਦਰ ਵਿੱਚ ਸੀਵਰੇਜ ਦੀ ਸਮੱਸਿਆ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ। ਗਲੀਆਂ ਵਿੱਚ ਦਿਖਾਈ ਦੇ ਰਿਹਾ ਇਹ ਗੰਦਾ ਪਾਣੀ ਲੋਕਾਂ ਲਈ ਵੱਡੀ ਪਰੇਸ਼ਾਨੀ ਸਾਬਿਤ ਹੋ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਸੁੰਦਰ ਨਗਰ ਦੇ ਨਜ਼ਦੀਕ ਸੜਕ 'ਤੇ ਗੰਦਾ ਪਾਣੀ ਹੋਣ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਝੇਲਣੀਆਂ ਪੈਂਦੀਆਂ ਨੇ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕਈ ਵਾਰ ਇਸ ਬਾਰੇ ਵਿੱਚ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਦੱਸਿਆ ਪਰ ਫਿਰ ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਲੋਕਾਂ ਨੇ ਮੰਗ ਕੀਤੀ ਹੈ ਕਿ ਧਾਰਮਿਕ ਸਥਾਨਾਂ ਦੇ ਨਜ਼ਦੀਕ ਜੋ ਸੀਵਰੇਜ ਦੀ ਸਮੱਸਿਆ ਹੈ ਉਸ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ
ਨਾ ਕਰਨਾ ਪਵੇ। ਮੈਂ ਸਰਕਾਰ ਤੋਂ ਇਹ ਮੰਗ ਕਰਨੀ ਚਾਹੁੰਦਾ ਕਿ ਸਾਡੇ ਸ਼ਹਿਰ ਦੇ ਵਿੱਚ ਖਾਸ ਕਰਕੇ ਆ ਸਾਡੇ ਮੁਹੱਲੇ ਦੇ ਵਿੱਚ ਸੀਵਰੇਜ ਦੀ ਬਹੁਤ ਹੀ ਭਾਰੀ ਸਮੱਸਿਆ ਹੈ। ਆ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਵਿੱਚ ਕਿੱਦਾਂ ਗੰਦਾ ਪਾਣੀ ਖੜ੍ਹਾ ਆ। ਤਾਲ ਬਾਬਾ ਜੀ ਦਾ ਦਰਬਾਰ ਆ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਡੇਲੀ ਆਉਂਦੀ ਆ, ਅਤੇ ਕੁਝ ਇਹੋ ਜਿਹਾ ਵੀ ਮੈਂ ਦੇਖਿਆ ਲੋਕ ਆਉਂਦੇ ਜਿਹੜੇ ਅਪਾਹਜ ਨੇ, ਉਹਨਾਂ ਨੂੰ ਪੈਰਾਂ ਜਿਹੜੇ ਆਪਣੇ ਗਿੱਲੇ ਕੱਪੜਿਆਂ ਦੇ ਨਾਲ ਹੀ ਦਰਬਾਰ ਦੇ ਵਿੱਚ ਮੱਥਾ ਲੈ ਕੇ ਜਾਣਾ ਪੈਂਦਾ, ਅਤੇ ਬਹੁਤ ਹੀ ਔਖਿਆਈ ਦੇ ਨਾਲ ਜਿਹੜਾ ਉਹਨਾਂ ਕੋਲੋਂ ਇੱਥੋਂ ਦੀ ਲੰਘ ਹੋ ਰਿਹਾ ਆ। ਅਤੇ ਮੈਂ ਸਰਕਾਰ ਤੋਂ ਇਹ ਅਪੀਲ ਕਰਦਾ ਕਿ ਜਿਹੜੇ ਸਾਡੇ ਸੀਵਰੇਜ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ, ਤਾਂ ਜਿਹੜੀ ਸੜਕ ਦਾ ਆ ਇਹ ਵੀ ਸਾਡੇ ਇੱਥੇ ਸ਼ਹਿਰ ਨਕੋਦਰ ਦੇ ਵਿੱਚ ਸੁੰਦਰ ਨਗਰ ਮੁਹੱਲੇ ਵਿੱਚ ਸੀਵਰੇਜ ਦੀ ਸਮੱਸਿਆ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ। ਸੀਵਰੇਜ ਬੋਰਡ ਦੇ ਜਈ ਸਾਹਿਬ SDO ਸਾਹਿਬ ਨਾਲ ਕਾਫੀ ਅਰਸੇ ਤੋਂ ਇਹਦੇ ਬਾਰੇ ਵਿਚਾਰ ਕੀਤਾ ਕਿ ਸਰ ਇੱਥੇ ਕੋਈ ਪਾਣੀ ਦੀ ਸਮੱਸਿਆ ਬਹੁਤ ਆਉਂਦੀ ਆ, ਸੀਵਰੇਜ ਓਵਰਫਲੋ ਰਹਿੰਦੇ ਆ, ਪਰ ਉਹਨਾਂ ਨੇ ਇੱਥੇ ਕੋਈ ਸੁਣਵਾਈ ਨਹੀਂ ਕੀਤੀ। ਤਾਂ ਅੱਜ ਨਵੇਂ ਸਾਲ ਕਰਕੇ ਬਾਪੂ ਲਾਲ ਬਾਦਸ਼ਾਹ ਦਰਬਾਰ 'ਤੇ ਕਾਫੀ ਸੰਗਤ ਬਹੁਤ ਦੂਰੋਂ ਦੂਰੋਂ ਰਾਤ ਦੇ 12 ਵਜੇ ਤੋਂ ਲੈ ਕੇ ਕਾਫੀ ਸੰਗਤ ਆ ਰਹੀ ਆ। ਨਕੋਦਰ ਦੇ ਨੂਰ ਮਹਿਲ ਰੋਡ 'ਤੇ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ, ਪਰ ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਿਸ ਨੇ ਅੱਗ 'ਤੇ ਕਾਬੂ ਪਾਇਆ। ਨਕੋਦਰ ਦੇ SHO ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇੱਕ ਅਲਟੋ ਕਾਰ ਜੋ ਕਿ ਖਰਾਬ ਹੋਣ ਦੇ ਕਾਰਨ ਨੂਰ ਮਹਿਲ ਰੋਡ 'ਤੇ ਖੜ੍ਹੀ ਸੀ, ਜਿਸ ਨੂੰ ਪਿੱਛੇ ਤੋਂ ਆ ਰਹੀ ਇੱਕ ਹੋਰ ਗੱਡੀ ਨੇ ਟੱਕਰ ਮਾਰ ਦਿੱਤੀ, ਅਤੇ ਜਿਸ ਗੱਡੀ ਨੇ ਟੱਕਰ ਮਾਰੀ ਸੀ ਉਸਨੂੰ ਅੱਗ ਲੱਗ ਗਈ। ਚਾਲਕ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ, ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਕੈਲਾਸ਼ ਨਗਰ ਰੋਡ ਲੁਧਿਆਣਾ, ਆਪਣੀ ਅਲਟੋ ਗੱਡੀ PB 56A 7979 ਜੋ ਕਿ ਖਰਾਬ ਹੋਣ ਕਰਕੇ ਨੂਰ ਮਹਿਲ ਸਾਈਡ ਤੋਂ ਸਿਟੀ ਨਕੋਦਰ ਨੂੰ ਆ ਰਿਹਾ ਸੀ। ਇਸ ਦੇ ਪਿੱਛੇ ਕਵੈਡ ਗੱਡੀ PB 09DG 2313 ਜਿਸਦਾ ਡਰਾਈਵਰ ਹਰਮਨਜੋਤ ਵਧਾਵਾ ਸਿੰਘ ਕਲੋਨੀ ਅੰਮ੍ਰਿਤਸਰ ਚਲਾ ਰਿਹਾ ਸੀ। ਇਹ ਜਦੋਂ ਪੁਰਾਣੇ ਸਿਨੇਮੇ ਦੇ ਕੋਲ ਪੁੱਜੇ ਤਾਂ ਅਗਲੀ ਗੱਡੀ ਅਚਾਨਕ ਖੜ੍ਹੀ ਹੋਣ ਦੇ ਨਾਲ ਪਿੱਛੋਂ ਗੱਡੀ ਨਾਲ ਟਕਰਾ ਗਈ। ਪ੍ਰਮੋਟਰਸ ਆਫ ਸੋਸ਼ਲ ਐਂਡ ਕਲਚਰ ਹੈਰੀਟੇਜ ਆਫ ਹਿਮਾਚਲ ਪ੍ਰਦੇਸ਼ ਵੱਲੋਂ ਆਯੋਜਿਤ HPL ਦੀ ਹਿਮਾਚਲ ਕੱਪ ਨਸ਼ਾ ਮੁਕਤ ਹਿਮਾਚਲ ਕ੍ਰਿਕੇਟ ਪ੍ਰਤੀਯੋਗਤਾ ਦੇ ਜ਼ੋਨ 1 ਦੇ ਲੀਗ ਮੈਚ 4 ਤੋਂ 6 ਜਨਵਰੀ ਤੱਕ ਸੋਲਨ ਠੋਡੋ ਮੈਦਾਨ ਵਿੱਚ ਆਯੋਜਿਤ ਕੀਤੇ ਜਾਣਗੇ। ਪ੍ਰਮੋਟਰਸ ਆਫ ਸੋਸ਼ਲ ਐਂਡ ਕਲਚਰ ਹੈਰੀਟੇਜ ਦੇ ਪ੍ਰਧਾਨ ਨਰੇਸ਼ ਕੌਂਡਲ ਅਤੇ ਸਕੱਤਰ ਧਰਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ HPL ਦੇ ਫਾਈਨਲ ਮੈਚ ਵਿੱਚ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਖੇਲ ਮੰਤਰੀ ਗੋਬਿੰਦ ਸਿੰਘ ਠਾਕੁਰ ਅਤੇ ਦ ਗ੍ਰੇਟ ਖਲੀ ਵੀ ਸ਼ਿਰਕਤ ਕਰਨਗੇ। ਨਰੇਸ਼ ਕੌਂਡਲ ਨੇ ਦੱਸਿਆ ਕਿ HPL ਦੇ ਦ ਹਿਮਾਚਲ ਕੱਪ ਪ੍ਰਤੀਯੋਗਤਾ ਵਿੱਚ ਜੇਤੂ ਟੀਮ ਨੂੰ 2 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਦਿੱਤਾ ਜਾਵੇਗਾ, ਜਦਕਿ ਰਨਰ ਅਪ ਟੀਮ ਨੂੰ 1 ਲੱਖ ਰੁਪਏ ਅਤੇ ਸੈਮੀ ਫਾਈਨਲ ਵਿੱਚ ਆਉਣ ਵਾਲੀਆਂ ਟੀਮਾਂ ਨੂੰ 50,000 ਦਾ ਕੈਸ਼ ਪ੍ਰਾਈਜ਼ ਦਿੱਤਾ ਜਾਵੇਗਾ। ਔਰ ਇਸਮੇ ਹਮਾਰੀ 4 ਟੀਮਾਂ ਜੋ ਹੈ ਵੋ ਪਾਰਟੀਸਿਪੇਟ ਕਰ ਰਹੀ ਹੈ। 4 ਟੀਮਾਂ ਮੈਂ ਹਮਾਰੇ ਪਾਸ ਸੋਲਨ ਸੁਪਰ ਨਵਾਜ਼ ਹੈ ਜਿਨਕੇ ਮਾਲਿਕ ਜਤਿੰਦਰ ਠਾਕੁਰ ਜੀ ਹੈ, ਔਰ ਸ਼ਿਮਲਾ ਸਕੋਰਪੀਅਨਸ ਹੈ ਜੋ ਹਮਾਰੀ ਐਸੋਸੀਏਸ਼ਨ ਉਸਕੋ ਸਪੋਂਸਰ ਕਰ ਰਹੀ ਹੈ, ਔਰ ਤੀਸਰੀ ਜੋ ਹੈ ਵੋ ਉਨਾ ਸਕਾਈ ਹਾਕਸ, ਔਰ ਚੌਥੀ ਟੀਮ ਜੋ ਹੈ ਵੋ ਬਿਲਾਸਪੁਰ ਵਾਰੀਅਰਸ ਹੈ। 4 ਟੀਮਾਂ ਬੜਾ ਟਫ ਕੰਪਟੀਸ਼ਨ ਕਰਕੇ ਸਟੇਟ ਲੈਵਲ 'ਤੇ ਆ ਰਹੀ ਹੈ, ਔਰ ਇਸਕਾ ਜੋ ਫਸਟ ਜੋਨਲ ਹੈ ਵੋ ਹਮ ਠੋਡੋ ਗਰਾਊਂਡ ਜੋ ਸੋਲਨ ਕਾ ਜੋ ਇਤਿਹਾਸਿਕ ਠੋਡੋ ਗਰਾਊਂਡ ਹੈ ਵਹਾਂ ਸੇ ਹਮ ਸਟਾਰਟ ਕਰਨੇ ਜਾ ਰਹੇ ਹੈ ਇਸਕੋ, ਔਰ ਚਾਰ ਪਾਂਚ ਛੇ ਜਨਵਰੀ ਕੋ ਯੇ ਲੀਗ ਮੈਚਿਸ ਹੋਗੇ। ਜੋ 2 ਟੀਮਾਂ ਨਿਕਲੀ ਉਨਕੋ 50,000 ਕੀ ਰਾਸ਼ੀ ਜੋ ਹੈ ਵੋ ਉਨਕੋ ਪ੍ਰਾਈਜ਼ ਮੈਂ ਦਿਆ ਜਾਏਗਾ, ਔਰ ਜੋ ਹਮਾਰੀ ਫਸਟ ਵਿਨਰ ਹੈ ਉਨਕੋ 2 ਲੱਖ, ਔਰ ਜੋ ਸੈਕਿੰਡ ਵਿਨਰ ਹੋਗੇ ਉਨਕੋ ਹਮਾਰੇ ਪਾਸ 1 ਲੱਖ ਕਾ ਇਨਾਮ ਦਿਆ ਜਾਏਗਾ। ਔਰ ਜੋ ਯੇ ਸੈਮੀ ਫਾਈਨਲ ਕੀ ਹਮ ਬਾਤ ਕਰੇ ਔਰ ਫਾਈਨਲ ਕੀ ਬਾਤ ਕਰੇ ਤੋ ਉਸਮੇ ਜੋ ਦ ਗ੍ਰੇਟ ਖਲੀ ਜੀ ਹੈ ਵੋ ਆ ਰਹੇ ਹੈ, ਔਰ ਮੁਕੇਸ਼ ਗੌਤਮ ਜੀ ਹੈ, ਯਾਮੀ ਗੌਤਮ ਜੀ ਕੇ ਫਾਦਰ ਹੈ ਵੋ ਵੀ ਆ ਰਹੇ ਹੈ, ਸ਼੍ਰੀ ਜੈਰਾਮ ਠਾਕੁਰ ਜੀ ਜੋ CM ਸਾਹਿਬ ਹੈ ਵੋ ਵੀ ਆ ਰਹੇ ਹੈ, ਸ਼੍ਰੀ ਗੋਬਿੰਦ ਠਾਕੁਰ ਜੀ ਹੈ ਸਪੋਰਟਸ ਮਿਨਿਸਟਰ ਵੋ ਵੀ ਆ ਰਹੇ ਹੈ ਇਸਮੇ, ਔਰ ਸਮਾਜ ਸੇਵੀ ਜਤਿੰਦਰ ਠਾਕੁਰ ਜੀ ਵੀ ਆ ਰਹੇ ਹੈ ਇਸਮੇ ਤੋ, ਔਰ ਸਾਥ ਮੈਂ ਹਮਾਰੇ ਜੋ ਓਨਰ ਹੈ ਜੋ ਟੀਮ ਕੇ ਜੋ ਜਤਿੰਦਰ ਠਾਕੁਰ ਜੀ ਹੈ ਵੋ ਵੀ ਇਸਮੇ ਆ ਰਹੇ ਹੈ। ਤੇ ਹੁਣ ਜਾਂਦੇ ਜਾਂਦੇ ਇੱਕ ਨਜ਼ਰ ਹੈਡਲਾਈਨਸ ਤੇ। ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸੁਖਬੀਰ ਬਾਦਲ, ਸਭ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਵਧਾਈਆਂ। ਅੰਮ੍ਰਿਤਸਰ ਪੁਲਿਸ ਨੇ ਬੀਤੇ ਦਿਨੀ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਇਆ, ਕਤਲ ਦੀ ਵਾਰਦਾਤ ਵਿੱਚ ਸ਼ਾਮਿਲ 2 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ। ਕਪੂਰਥਲਾ ਦੇ ਪਿੰਡ ਖਖਰੇਨ ਵਿੱਚ ਦੁਬਾਰਾ ਪੰਚਾਇਤੀ ਚੋਣਾਂ ਕਰਵਾਉਣ ਦੀ ਕੀਤੀ ਗਈ ਮੰਗ।
पंचायती चोणां दे नतीजियां नूं लै के बठिंडा विच होया विवाद। अकाली समर्थकां दा कहना जित्तण दे बावजूद भी नहीं जारी कीता गया जित दा सर्टिफिकेट। श्री हरिमंदर साहिब नतमस्तक होए प्रसिद्ध पंजाबी गायक गुरदास मान। हरियाणा दे फतेहाबाद पहुंचे आम आदमी पार्टी दे प्रदेश प्रधान नवीन जैहिन, बीजेपी पार्टी ते साधे निशाने। दी एक्सीडेंटल प्राइम मिनिस्टर फिल्म पंजाब विच रिलीज़ करन नूं लैके विवाद। धर्मसोत ने कहा भाजपा फिल्म राही कांग्रेस नूं ढा लगाउण दी कर रही है कोशिश। नकोदर दे लोक सीवरेज दे पानी दी समस्या तों हन परेशान। लोकां दा कहना कई वार कीती शिकायत पर नहीं होया कोई हल। जलंधर विच नवें साल दी आमद ते हो सकदा सी वड्डा हादसा। चलदी कार विच लगी अग, चालक ने मुश्किल नाल बचाई अपनी जान। सोलन विच होण वाले HPL दे फाइनल मैच विच आउणगे CM, खेल मंत्री अते द ग्रेट खली। सोलन विच जोन 1 दे क्रिकेट लीग मुकाबले 4 जनवरी तों शुरू। इस बुलेटिन विच फिलहाल इन्ना ही। नवीं खबरां दे नाल फिर हाजिर होवांगे। हुण मैनूं दिओ इजाजत। ਧੰਨਵਾਦ।